ਸਾਲਾਂ ਦੇ ਵਿੱਚ ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਇਹਨਾਂ ਦੇ ਥਾਪੇ ਜਥੇਦਾਰ ਗੁਰਬਚਨ ਸਿੰਘ ਵਰਗਿਆਂ ਨੇ ਜੋ ਭ੍ਰਿਸ਼ਟਾਚਾਰ ਕਰਕੇ ਜੋ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਬਣਾਈਆਂ ਨੇ, ਪੰਜਾਬ ਸਰਕਾਰ ਨੂੰ ਕਿਸੇ ਨਿਰਪੱਖ ਜਾਂਚ ਏਜੰਸੀ ਤੋਂ ਇਹਨਾਂ ਦੀ ਜਾਂਚ ਕਰਨੀ ਚਾਹੀਦੀ ਆ। ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਜੋ ਇਹਨਾਂ ਨੇ ਰੇਤ ਮਾਫੀਆ, ਬਜਰੀ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ ਔਰ ਡਰੱਗ ਮਾਫੀਆ ਭ੍ਰਿਸ਼ਟਾਚਾਰ ਕਰਕੇ, ਜਿਹੜਾ ਬਿਕਰਮ ਮਜੀਠੀਆ ਮਨਪ੍ਰੀਤ ਬਾਦਲ ਦੇ ਕਹਿਣ ਅਨੁਸਾਰ ਕਿ ਜਦੋਂ ਸੁਖਬੀਰ ਦਾ ਵਿਆਹ ਹੋਇਆ ਤਾਂ ਹਰਸਿਮਰਤ ਨੂੰ ਕਾਰ ਵੀ ਕਿਸ਼ਤਾਂ 'ਤੇ ਕਢਾ ਕੇ ਦਿੱਤੀ, ਜੋ ਮਲੰਗਪੁਣੇ ਦੀ ਹੈਸੀਅਤ ਵਿੱਚ ਸਨ, ਅੱਜ ਉਹ 10 ਸਾਲਾਂ ਦੇ ਵਿੱਚ ਅਰਬਾਂ ਖਰਬਾਂ ਦੀਆਂ ਜਾਇਦਾਦਾਂ ਹੈਲੀਕਾਪਟਰਾਂ ਦੇ ਮਾਲਕ ਕਿਵੇਂ ਬਣੇ, ਇਸ ਦੀ ਜਾਂਚ ਕਰਨੀ ਚਾਹੀਦੀ ਆ ਕਿ ਕਿਸ ਤਰ੍ਹਾਂ ਇਹਨਾਂ ਦੇ ਥਾਪੇ ਜਥੇਦਾਰ ਗੁਰਬਚਨ ਸਿੰਘ ਵਰਗੇ, ਰਾਇਲ ਇਨ ਵਰਗੇ 3-star ਹੋਟਲ ਦੇ ਮਾਲਕ, ਜਿਹੜਾ ਵਰਸ਼ਾ ਫੜ ਕੇ ਸੇਵਾਦਾਰ ਭਰਤੀ ਹੋਇਆ ਸੀਗਾ, ਅੱਜ ਉਹ ਰਾਇਲ ਇਨ ਵਰਗੇ ਹੋਟਲ ਜਿਹੜਾ ਕਰੋੜਾਂ ਰੁਪਈਆਂ ਦਾ ਉਹਦਾ ਮਾਲਕ ਕਿਵੇਂ ਬਣਿਆ। ਜੋ ਇਹਨਾਂ ਬਾਦਲਾਂ ਨੇ ਮੇਰੇ 'ਤੇ ਇਲਜ਼ਾਮ ਲਾਏ ਆ ਕਿ ISI ਨੇ 16 crore ਰੁਪਈਆ ਦਾਦੂਵਾਲ ਦੇ ਅਕਾਊਂਟ 'ਚ ਭੇਜਿਆ, ਮੈਂ ਕਹਿਣਾ ਚਾਹੁੰਦਾ ਕਿ ਦਾਦੂਵਾਲ ਦੇ ਅਕਾਊਂਟ 'ਚ ਕਦੇ 1 crore ਦੀ ਐਂਟਰੀ ਵੀ ਨਹੀਂ ਹੋਈ। 16 crore ਤਾਂ ਬਹੁਤ ਦੂਰ ਆ। ਮੈਂ ਭਾਰਤ ਦੀ ਏਜੰਸੀ ਸਭ ਤੋਂ ਵੱਡੀ ਰਾਹ ਨੂੰ ਕਹਿਣਾ ਚਾਹੁੰਦਾ ਕਿ ਮੇਰੀ ਰਾਹ ਦੇ ਕੋਲੋਂ ਜਾਂਚ ਕਰਾ ਲੈਣ, ਇਹੋ ਜਿਹੀ ਕੋਈ ਵੀ ਗੱਲ ਨਿਕਲ ਆਏ ਮੈਂ ਸਾਰਾ ਕੁਝ ਛੱਡਣ ਵਾਸਤੇ ਤਿਆਰ ਹਾਂ।